ਸਤਿ ਸ਼੍ਰੀ ਅਕਾਲ ਰੈੱਡ ਬਾਕਸ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਗੁਰਚੇਤ ਸਿੰਘ ਔਲਖ ਰੈੱਡ ਬਾਕਸ ਨਿਊਜ਼ ਨੇ ਇੱਕ ਵੱਡਾ ਕਦਮ ਚੁੱਕਿਆ ਜਿੱਥੇ ਤੁਹਾਨੂੰ ਨਵੇਂ ਲੋਕਾਂ ਦੇ ਨਾਲ ਜਿਨ੍ਹਾਂ ਦੇ ਅੰਦਰ ਕੁਝ ਕਰਕੇ ਵਿਖਾਉਣ ਦੀ ਚਾਹਤ ਹੈ ਜਿਨ੍ਹਾਂ ਦੇ ਅੰਦਰ ਜਨੂੰਨ ਹੈ ਕਿ ਉਹ ਕੁਝ ਬਣ ਸਕਦੇ ਨੇ ਤਾਂ ਉਹਨਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਅੱਜ ਅਸੀਂ ਪਹੁੰਚੇ ਹਾਂ ਗੁਰੂ ਹਰ ਸਹਾਇ ਦੇ ਪੈਂਦੇ ਵਿੱਚ ਪੈਂਦੇ ਪਿੰਡ ਚਾਵਲਾ ਦੇ ਵਿੱਚ ਜਿੱਥੋਂ ਦੇ ਇੱਕ ਮਸ਼ਹੂਰ ਸਿੰਗਰ ਕਹਿ ਲਓ ਮਸ਼ਹੂਰ ਕਲਾਕਾਰ ਕਹਿ ਲਓ ਸੁਖਦੇਵ ਮਸਤੀ ਜੀ ਨੇ ਅਤੇ ਜੋ ਦੇਖਦੇ ਤਾਂ ਕਨਵਰ ਗਰੇਵਾਲ ਵਰਗੇ ਨੇ ਪਰ ਆਵਾਜ਼ ਵੀ ਉਹਨਾਂ ਵਰਗੀ ਹੈ ਤਾਂ ਗੱਲਬਾਤ ਕਰਾਂਗੇ ਕੀ ਕਹਾਣੀ ਉਹਨਾਂ ਦੇ ਪਿੱਛੇ ਉਹ ਗਾਇਕੀ ਉਹਨਾਂ ਨੇ ਕਦੋਂ ਸਟਾਰਟ ਕੀਤੀ ਤਾਂ ਗਰੀਬੀ ਕਰਕੇ ਉਹਨਾਂ ਦੀ ਗਾਇਕੀ ਕਿਉਂ ਦੱਬੀ ਰਹਿ ਗਈ ਅਤੇ ਕਿਉਂ ਉਹ ਅੱਗੇ ਆ ਨਹੀਂ ਸਕੇ ਤਾਂ ਸਵਾਗਤ ਕਰਦੇ ਆਪਾਂ ਸੁਖਦੇਵ ਮਸਤੀ ਜੀ ਦਾ ਮਸਤੀ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਔਰ ਰੈੱਡ ਬਾਕਸ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਤੁਹਾਡਾ ਵੀ ਗੁਰਚੇਤ ਜੀ ਸਾਡੇ ਪਿੰਡ 'ਚ ਜੀ ਆਇਆਂ ਨੂੰ ਨਿੱਘਾ ਸਵਾਗਤ ਹੈ ਜੀ ਮਸਤੀ ਜੀ ਗਾਇਕੀ ਦੀ ਸਟਾਰਟ ਕਰੀਏ ਤਾਂ ਗਾਇਕੀ ਤੁਸੀਂ ਕਦੋਂ ਸਟਾਰਟ ਕੀਤੀ ਗਾਇਕੀ ਬਾਈ ਗੁਰਚੇਤ ਜੀ ਮੈਂ ਬਚਪਨ ਤੋਂ ਮੈਨੂੰ ਸ਼ੌਂਕ ਸੀ ਤਾਂ ਕੁਝ ਸਾਡੇ ਉਸਤਾਦ ਜੀ ਸ਼੍ਰੀ ਸਵਰਨ ਬਾਵਾ ਜੀ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਇੱਕ ਗੀਤ ਹੋਇਆ ਸੀਗਾ ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ ਤੂੰ ਲੱਭਦੀ ਫਿਰੇ ਬਾਜ਼ਾਰ ਕੋਲੇ ਤਾਂ ਮੈਨੂੰ ਉਹਨਾਂ ਦੀ ਗੁੜਤੀ ਤੇ ਉਹਨਾਂ ਕਰਕੇ ਮੈਂ ਗਾਇਕੀ ਦੇ ਸਿਸਟਮ ਦੇ ਵਿੱਚ ਆ ਗਿਆ ਤੇ ਬਸ ਉਦੋਂ ਤੋਂ ਹੀ ਸ਼ੁਰੂ ਕੀਤੀ ਆ ਤਾਂ ਸੁਖਦੇਵ ਮਸਤੀ ਜੀ ਇੱਕ ਸਵਾਲ ਉੱਠਦਾ ਸੀ ਕਿ ਤੁਸੀਂ ਕਨਵਰ ਗਰੇਵਾਲ ਵਰਗੇ ਦਿਖਦੇ ਹੋ ਤਾਂ ਪਰ ਤੁਸੀਂ ਇੱਕ ਇੰਟਰਵਿਊ ਦੇ ਜ਼ਰੀਏ ਤੁਸੀਂ ਕਿਹਾ ਸੀ ਕਿ ਮੈਂ ਕਨਵਰ ਗਰੇਵਾਲ ਵਰਗਾ ਨਹੀਂ ਕਨਵਰ ਗਰੇਵਾਲ ਮੇਰੇ ਵਰਗਾ ਬਿਲਕੁਲ ਜੀ ਮੈਂ ਤਾਂ ਆਪ ਇਸ ਚੀਜ਼ ਤੋਂ ਬੜਾ ਪਰੇਸ਼ਾਨ ਆ ਬੜਾ ਪਰੇਸ਼ਾਨ ਆ ਤੇ ਬੜਾ ਹੈਰਾਨ ਵੀ ਆ ਤੇ ਮੇਰੀ ਦਿੱਖ ਉਦਾਂ ਦੀ ਆ ਤੇ ਇਹਦੇ 'ਚ ਮੇਰਾ ਕਸੂਰ ਕੀ ਆ ਗੁਰਚੇਤ ਜੀ ਕੋਈ ਕਸੂਰ ਨਹੀਂ ਕਿਉਂਕਿ ਇਹ ਗੋਡ ਗਿਫਟ ਹੈ ਜੋ ਗਾਇਕੀ ਆਪਾਂ ਜਿਹਨੂੰ ਕਹਿੰਦੇ ਹਾਂ ਗੋਡ ਗਿਫਟ ਹੈ ਮੇਰੀ ਆਵਾਜ਼ ਹੈ ਮੈਂ ਗਾਉਂਦਾ ਪਹਿਲਾਂ ਵੀ ਗਾਉਂਦਾ ਜੋ ਵੀ ਗਾਉਂਦਾ ਹੈ ਨਾ ਜਿੱਦਾਂ ਕੁਲਦੀਪ ਮਾਣਕ ਸਾਹਿਬ ਸ਼੍ਰੀ ਲਾਲ ਚੰਦ ਜਮਲਾ ਜੀ ਹੋਰ ਜਿੰਨੇ ਫਨਕਾਰ ਨੇ ਸੁਫੀਆਨਾ ਜੋ ਜਿਨ੍ਹਾਂ ਨੇ ਗਾਇਆ ਮੈਂ ਉਹਨਾਂ ਨੂੰ ਪਸੰਦ ਕਰਦਾ ਔਰ ਇਹ ਪਰੇਸ਼ਾਨੀ ਵਾਲੀ ਗੱਲ ਮੇਰੇ ਲਈ ਇਹ ਆ ਕਿ ਮੈਂ ਬਾਈ ਕੰਵਰ ਗਰੇਵਾਲ ਨੂੰ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਮੈਂ ਕਿਹਾ ਸੀ ਵੀ ਮੈਂ ਨਹੀਂ ਜਾਣਦਾ ਤਾਂ ਇਹਦੇ 'ਚ ਕੋਈ ਗੁੱਸੇ ਵਾਲੀ ਗੱਲ ਨਹੀਂ ਮੈਂ ਜੋ ਗਾਉਂਦਾ ਮੈਂ ਆਪਣਾ ਗਾਉਂਦਾ ਆਪਣੇ ਹੀ ਹਿਸਾਬ 'ਚ ਗਾਉਂਦਾ ਨਾ ਕਿ ਮੈਂ ਕਦੇ ਰੀਸ ਕੀਤੀ ਅਤੇ ਨਾ ਹੀ ਕਰਾਂਗਾ ਠੀਕ ਹੈ ਹਾਂ ਜੇ ਪਬਲਿਕ ਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਕੰਵਰ ਗਰੇਵਾਲ ਦੀ ਕਾਪੀ ਕਰ ਰਿਹਾ ਤਾਂ ਉਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ ਨਾ ਕਿਉਂ ਕਿਉਂਕਿ ਮੈਨੂੰ ਫਰਮਾਇਸ਼ਾਂ ਆਉਂਦੀਆਂ ਨੇ ਸਟੇਜਾਂ 'ਤੇ ਕਿਉਂਕਿ ਮੇਰੀ ਦਿੱਖ ਉੱਦਾਂ ਦੀ ਹੈ ਨਾ ਤਾਂ ਉਹ ਸੁਭਾਵਿਕ ਹੋ ਗਿਆ ਉੱਦਾਂ ਦਾ ਜਦੋਂ ਪਹਿਰਾਵਾ ਵੀ ਮੇਰਾ ਉੱਦਾਂ ਦਾ ਦਿੱਖ ਵੀ ਉੱਦਾਂ ਦੀ ਆ ਆਵਾਜ਼ ਵੀ ਉੱਦਾਂ ਦੀ ਹੈ ਤਾਂ ਪਬਲਿਕ ਮੈਨੂੰ ਕਹਿੰਦੀ ਆ ਵੀ ਉਹ ਮਸਤ ਬਣਾ ਦੇਣਗੇ ਵੀ ਬਸ ਸੁਣਾ ਯਾਰ ਤਾਂ ਉਹ ਸਲੂਟ ਹੈ ਉਹਨਾਂ ਨੇ ਗਾਇਆ ਉਹਨਾਂ ਨੂੰ ਸਲੂਟ ਹੈ ਤਾਂ ਫਿਰ ਮੈਨੂੰ ਮਜਬੂਰਨ ਤੌਰ 'ਤੇ ਗਾਉਣਾ ਪੈਂਦਾ ਉਹ ਤਾਂ ਮੈਂ ਕਾਪੀ ਨਹੀਂ ਕੀਤੀ ਮਸਤੀ ਜੀ ਸਟਾਰਟਿੰਗ ਦੇ ਵਿੱਚ ਜੇ ਆਪਾਂ ਗੱਲ ਕਰ ਲਈ ਇਸ ਲਾਈਨ ਦੇ ਵਿੱਚ ਤੁਸੀਂ ਪਹਿਲਾਂ ਗਾਇਆ ਜਾਂ ਕਨਵਰ ਗਰੇਵਾਲ ਨੇ ਪਹਿਲਾਂ ਗਾਇਆ ਸਟਾਰਟਿੰਗ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ ਬਾਈ ਜੀ ਤਾਂ 2013 ਦੇ ਵਿੱਚ ਆਏ ਆ ਤਾਂ ਮੈਂ ਤਾਂ 17-18 ਸਾਲ ਦੀ ਉਮਰ ਦੇ ਵਿੱਚ ਗਾਉਣ ਲੱਗ ਗਿਆ ਤਾਂ ਇੱਦਾਂ ਸ਼ੁਰੂ ਤੋਂ ਹੀ ਮੈਨੂੰ ਸ਼ੌਂਕ ਸੀਗਾ ਤਾਂ ਜਦ ਮੈਂ 25-26 ਸਾਲ ਦੀ ਉਮਰ ਦੇ ਵਿੱਚ ਆਇਆ ਤਾਂ ਮੈਨੂੰ ਗੁਰਦੁਆਰਾ ਸਾਹਿਬ ਜਾਣਾ ਬਹੁਤ ਚੰਗਾ ਲੱਗਦਾ ਸੀ ਧਾਰਮਿਕ ਸਥਾਨਾਂ 'ਤੇ ਜਾਣਾ ਚੰਗਾ ਲੱਗਦਾ ਸੀ ਤਾਂ ਮੈਂ ਆਪਣਾ ਦਾੜੀ ਕੇਸ ਰੱਖੇ ਕਿਉਂਕਿ ਮੈਨੂੰ ਗੁਰੂ ਘਰ ਦੇ ਨਾਲ ਬੜਾ ਪਿਆਰ ਹੋ ਗਿਆ ਤਾਂ ਤੁਸੀਂ ਦੇਖੋ ਜੇ ਆਪਾਂ ਬਾਈ ਕੰਵਰ ਗਰੇਵਾਲ ਨੂੰ ਦੇਖੀਏ ਤਾਂ ਉਹ ਪਹਿਲਾਂ ਕਲੀਨ ਸ਼ੇਪ ਸੀਗੇ ਹੈ ਨਾ ਉਹਨਾਂ ਨੇ ਬਾਅਦ ਦੇ ਵਿੱਚ ਆਪਣਾ ਸਾਰਾ ਰੂਪ ਵਟਾਇਆ ਜੋ ਵੀ ਹੈ ਨਾ ਤਾਂ ਕਈ ਵਾਰੀ ਲੱਗਦਾ ਵੀ ਮੈਨੂੰ ਕਲਾਕਾਰ ਨਹੀਂ ਯਾਰ ਬਹਿਰੂਪੀਆ ਲੱਗਦਾ ਬੰਦਾ ਕਿਤੇ ਕਿਤੇ ਬਹਿਰੂਪੀਆ ਲੱਗਦਾ ਕਿਉਂਕਿ ਉਹ ਹਰ ਇੱਕ ਸਿਸਟਮ ਦੇ ਵਿੱਚ ਆਪਣਾ ਕੋਈ ਨਾ ਕੋਈ ਦਾਅ ਪੇਚ ਜਿੱਦਾਂ ਖੇਡਦੇ ਨਾ ਤਾਂ ਜਦੋਂ ਮਸਤਾਂ ਦੇ ਗਾਇਆ ਉਹਨਾਂ ਨੇ ਨਾ ਜਾਈ ਮਸਤਾਂ ਦੇ ਵਿਹੜੇ ਮਸਤ ਬਣਾ ਦੇਣਗੇ ਬੀਬਾ ਇਸ਼ਕ ਬੁੱਲੇ ਨੂੰ ਚਾਵੇ ਯਾਰ ਤੇ ਨੱਚਣਾ ਪੈਂਦਾ ਇੱਦਾਂ ਦੇ ਗਾ ਕੇ ਮਸਤਾਂ ਦੇ ਵਿਹੜਿਆਂ 'ਚ ਗਾ ਕੇ ਹੁਣ ਮਸਤਾਂ ਵਾਲੇ ਪਾਸੇ ਉਹ ਥੋੜ੍ਹਾ ਜਿਹਾ ਪਰਹੇਜ਼ ਕਰਦੇ ਹੈ ਨਾ ਅਤੇ ਖਾਲਸੇ ਪੰਥ ਦੀ ਜੈ ਅਤੇ ਮੈਂ ਨਹੀਂ ਕਹਿੰਦਾ ਵੀ ਬਾਈ ਕੰਵਰ ਗਰੇਵਾਲ ਕਰਕੇ ਹੀ ਖਾਲਸੇ ਪੰਥ ਦੀ ਜੈ ਆ ਨਾ ਖਾਲਸਾ ਪੰਥ ਪਹਿਲਾਂ ਵੀ ਜੈ ਸੀ ਅਤੇ ਰਹਿੰਦੀ ਦੁਨੀਆਂ ਤੱਕ ਜੈ ਰਹਿਣੀ ਹੈ ਇਹ ਨਹੀਂ ਵੀ ਕੋਈ ਇਨਸਾਨ ਆ ਕੇ ਉਹਦੀ ਜੈ ਜੈਕਾਰ ਕਰਾਏਗਾ ਇੱਦਾਂ ਦਾ ਕੋਈ ਟੋਪਿਕ ਨਹੀਂ ਹੈਗਾ ਹੈ ਨਾ ਕਹਿੰਦੇ ਨੇ ਜਦੋਂ ਕਨਵਰ ਗਰੇਵਾਲ ਨੇ ਜੇ ਗਾਇਕੀ ਸਟਾਰਟ ਵੀ ਨਹੀਂ ਸੀ ਕੀਤੀ ਤੇ ਗਾਉਣੀ ਤੁਸੀਂ ਉਹਨਾਂ ਦੇ ਪਿੰਡ ਜਾ ਕੇ ਜਗਰਾਤੇ ਜਾਂ ਉਹਨਾਂ ਦੇ ਪਿੰਡ ਮੇਲੇ ਲਾ ਕੇ ਆਉਂਦੇ ਹੁੰਦੇ ਸੀ ਬਿਲਕੁਲ ਜੀ ਹਾਂ
उन्होंने पिंड एक दो बारी मैं प्रोग्राम करके आया, एक थां ते जागरण किया, फिर मेले का प्रोग्राम सी उत्थे भी करके आया। तो बस कोई रब की मौज ही है ना, तो जिदा उन्होंने कोले कोई चार पैसे सीगे ते साडे कोले बस माया की कमी करके पिछे रह गए। बाकी सानू पहचान साडी बहुत सी, बहुत दूर दूर तक उदों भी मैं प्रोग्राम लांदा रहा। फिर सुखदेव मस्ती जी, जिवें तुसीं कहा कि जिवें तुसीं उहनां दे पिंड भी जगराते लाउंदे रहे हो, तां जां तुसीं उहनां दे पिंड गाउण जांदे हो, तुसीं मेला भी लाया उहनां दे पिंड, तां उस दौरान जदों कनवर गरेवाल भी गाउंदे हुंदे सी जां तुसीं उस टाइम गा के उहनां दे पिंड मेले लाके? मैनूं नहीं पता भी उदों पहलां गाउंदे सी कि नहीं गाउंदे सी, है ना, क्योंकि मैं तो उन्होंने नाँ के नाल जो मेरा नाँ जुड़ गया तो 2013-14 की गल आ, उदों ही मैनू पता लग्या। मेरे हिसाब नाल बाकी दुनिया नूं भी उदों ही पता लग्या होना भी कोई कवर गरेवाल भी है, है ना। तो मैं उदों पहलां गाउंदा सी बस। उदों पहलां किवें दे गाने गाउंदे हुंदे सी तुसीं मार्केट दे विच? जिदा मैं पहलां भी दस्सिया, जिदा कुलदीप मानक साहब हो गए, है ना, उन्हां दे गीत हो गए, और साडे लालचंद जमला जी उन्हां दे गीत हो गए। ਸਾਨੂੰ ਇੱਦਾਂ ਦੀਆਂ ਫਰਮਾਇਸ਼ਾਂ ਆਉਂਦੀਆਂ ਹੁੰਦੀਆਂ ਸੀਗੀਆਂ, ਜਿੱਦਾਂ ਕਬੀਰ ਸਾਹਿਬ ਦਾ ਇੱਕ ਗੀਤ ਹੈ ਉਹ ਮੈਂ ਤੁਹਾਨੂੰ ਸੁਣਾਉਣਾ, ਉਹਦੀ ਮੈਨੂੰ ਬੜੀ ਫਰਮਾਇਸ਼ ਆਉਂਦੀ ਸੀ। ਉਹ ਸੀਗਾ ਕਬੀਰ ਸਾਹਿਬ ਜਦੋਂ ਉਹਨਾਂ ਦੇ ਘਰੇ ਕੋਈ ਸੰਤ ਆਏ ਚੱਲ ਕੇ, ਤਾਂ ਜਦੋਂ ਮਾਤਾ ਲੋਈ ਨੇ ਦੇਖਿਆ ਵੀ ਘਰੇ ਤਾਂ ਕੋਈ ਰਾਸ਼ਨ ਪਾਣੀ ਹੈ ਨਹੀਂ, ਹੈ ਨਾ, ਤੇ ਸਾਧੂ ਸੰਤ ਆਏ ਨੇ ਤੇ ਸਾਧੂਆਂ ਸੰਤਾਂ ਦੀ ਭਾਈ ਸੇਵਾ ਕਰਨੀ ਬਣਦੀ ਹੈ, ਤਾਂ ਉਸ ਹਿਸਟਰੀ ਤੇ ਉਹ ਗੀਤ ਆ, ਉਹ ਏਦਾਂ ਦਾ, ਉਹ ਦੁਨੀਆਂ ਤੇ ਹੋਇਆ, ਦੁਨੀਆਂ ਤੇ ਹੋਇਆ ਇੱਕ ਸੰਤ ਫਕੀਰ ਜੀ, ਜਾਤ ਦਾ ਜਲਾਇਆ ਨਾਮ ਉਸ ਦਾ ਕਬੀਰ ਜੀ, ਇਹ ਦੁਨੀਆਂ ਤੇ ਹੋਇਆ, ਦੁਨੀਆਂ ਤੇ ਹੋਇਆ ਇੱਕ ਸੰਤ ਫਕੀਰ ਜੀ, ਇਹ ਜਾਤ ਦਾ ਜਲਾਇਆ ਨਾਮ ਉਸ ਦਾ ਕਬੀਰ ਜੀ, ਦੁਨੀਆਂ ਤੇ ਹੋਇਆ। ਫਿਰ ਅਗਲਾ ਅੰਤਰਾ ਜਿਹੜਾ ਕਹਿੰਦਾ, ਆਏ ਤੇ ਦਿਨ ਚੱਲ ਸਾਧੂ ਕਬੀਰ ਕੋਲ ਆਏ ਨੇ, ਘਰ ਹੈ ਨੀ ਆਟਾ ਤੇ ਕਬੀਰ ਘਬਰਾਏ ਨੇ, ਇੱਕ ਦਿਨ ਚੱਲ ਸਾਧੂ ਕਬੀਰ ਕੋਲ ਆਏ ਨੇ, ਘਰ ਹੈ ਨੀ ਆਟਾ ਤੇ ਕਬੀਰ ਘਬਰਾਏ ਨੇ, ਮੈਂ ਰੋਟੀ ਵੀ ਖਵਾਉਣੀ, ਮੈਂ ਰੋਟੀ ਵੀ ਖਵਾਉਣੀ ਤੇ ਖਵਾਉਣੀ ਖੰਡ ਖੀਰ ਜੀ, ਦੁਨੀਆਂ ਤੇ ਹੋਇਆ ਇੱਕ ਸੰਤ ਫਕੀਰ ਜੀ, ਜਾਤ ਦਾ ਜਲਾਇਆ। ਸੋ ਇੱਦਾਂ ਦੇ ਜਿਹੜੇ ਗੀਤ ਸੀਗੇ ਮੈਨੂੰ ਅੱਛਾ ਲੱਗਦਾ ਸੀ, ਇੱਦਾਂ ਦੀ ਗਾਇਕੀ ਮੈਨੂੰ ਅੱਛੀ ਲੱਗਦੀ ਸੀ। ਤਾਂ ਮਸਤੀ ਜੀ, ਜਿਵੇਂ ਤੁਸੀਂ ਕਿਹਾ ਕਿ ਕਨਵਰ ਗਰੇਵਾਲ ਤੋਂ ਪਹਿਲਾਂ ਤੁਸੀਂ ਗਾਉਂਦੇ ਸੀ, ਫਿਰ ਤੁਹਾਡੀ ਤੁਸੀਂ ਕਿਹਾ ਕਿ ਮੈਨੂੰ 2013 ਦੇ ਵਿੱਚ ਪਤਾ ਲੱਗਾ ਕਿ ਕਨਵਰ ਗਰੇਵਾਲ ਕੌਣ ਆ, ਮਾਰਕੀਟ ਦੇ ਵਿੱਚ ਕਿਵੇਂ ਆਏ, ਤਾਂ ਤੁਹਾਡੀ ਕਨਵਰ ਗਰੇਵਾਲ ਦੇ ਨਾਲ ਮੁਲਾਕਾਤ ਕਦੋਂ ਹੋਈ ਪਹਿਲੀ? ਮੇਰੇ ਹਿਸਾਬ ਨਾਲ ਕੋਈ 17-18 ਦੇ ਵਿੱਚ ਬਾਈ ਕੰਵਰ ਗਰੇਵਾਲ ਜੀ ਨੂੰ ਮੈਂ ਮਿਲਿਆ, ਤਾਂ ਉਹ ਵੀ ਇੱਕ ਸੁਭਾਵਿਕ ਸੀਗਾ, ਕੋਈ ਮੈਂ ਚੇਚਾ ਤੌਰ 'ਤੇ ਨਹੀਂ ਮਿਲਣ ਗਿਆ ਉਹਨਾਂ ਨੂੰ, ਅਤੇ ਬਸ ਇੱਦਾਂ ਮਨ ਕੀਤਾ ਵੀ ਯਾਰ ਦੇਖ ਕੇ ਤਾਂ ਵਾ ਯਾਰ, ਹੈ ਨਾ, ਜਿਹੜੇ ਬੰਦੇ ਦੇ ਨਾਂ ਦੇ ਨਾਲ ਮੇਰਾ ਨਾਂ ਇਹ ਜੋੜੀ ਜਾਂਦੇ ਆ ਲੋਕ, ਮੈਂ ਦੇਖ ਕੇ ਆਵਾਂ, ਤਾਂ ਮੈਂ ਤਾਂ ਉਹਨਾਂ ਨੂੰ ਮਿਲਣ ਗਿਆ। ਅੱਛਾ ਸੀ ਸੁਭਾਅ ਉਹਨਾਂ ਦਾ, ਅੱਛਾ ਸੀ, ਚੰਗੇ ਵਧੀਆ ਮਿਲੇ, ਅਤੇ ਸਟੇਜ 'ਤੇ ਅਸੀਂ ਇਕੱਠਿਆਂ ਨੇ ਗਾਇਆ ਵੀ ਆ, ਅਤੇ ਉਹ ਗੀਤ ਸੀਗਾ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ, ਕਾਫੀ ਲੋਕਾਂ ਨੇ ਪਸੰਦ ਕੀਤਾ ਉਸ ਗਾਣੇ ਨੂੰ। ਜਦੋਂ ਪਹਿਲੀ ਵਾਰੀ ਸਾਡੀ ਮੁਲਾਕਾਤ ਹੋਈ ਬਾਈ ਜੀ ਨਾਲ, ਤਾਂ ਮੈਨੂੰ ਜਿਹੜੀ ਸੰਗਤ ਬੈਠੀ ਸੀ, ਹੈ ਨਾ, ਉਹਨਾਂ ਨੇ ਕਿਹਾ ਵੀ ਮਸਤੀ ਸਾਹਿਬ ਤੁਹਾਨੂੰ ਵੀ ਸੁਣਨਾ ਹੈ। ਮੈਂ ਕਿਹਾ ਯਾਰ ਐਡਾ ਵੱਡਾ ਸਟਾਰ ਕਲਾਕਾਰ ਤੁਸੀਂ ਬੁਲਾਇਆ, ਕੀ ਗੱਲ ਤੁਹਾਡਾ ਦਿਲ ਨਹੀਂ ਭਰਿਆ? ਕਹਿੰਦਾ ਨਹੀਂ, ਜਿੰਨਾ ਚਿਰ ਅਸੀਂ ਤੁਹਾਨੂੰ ਨਾ ਨਾ ਸੁਣਾਂਗੇ ਸਾਨੂੰ ਲੱਗਣਾ ਹੀ ਨਹੀਂ ਵੀ ਅਸੀਂ ਮੇਲੇ 'ਚ ਆਏ ਹਾਂ, ਹੈ ਨਾ। ਅਤੇ ਫਿਰ ਮੈਨੂੰ ਮਜਬੂਰਨ ਤੌਰ 'ਤੇ ਗਾਉਣਾ ਪਿਆ, ਤਾਂ ਉਹ ਸਰੋਤਿਆਂ ਨੇ ਜਾ ਕੇ ਫਰਮਾਇਸ਼ ਕੀਤੀ ਸੀਗੀ, ਤਾਂ ਉਹ ਗੀਤ ਸੀਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ, ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ। ਇਹ ਕੋਈ ਅੱਜ ਦਾ ਨਹੀਂ,
जे आप कही ना भी ये भाई कवर गरेवाल ने गाया है ना, ना ना ਇੱਥੇ ਤਾਂ ਗਲਤੀ ਆ, ਇੱਥੇ ਤਾਂ ਗਲਤੀ ਆ ਕਿਉਂਕਿ ਮੈਂ ਤਾਂ ਛੋਟੇ ਹੁੰਦਿਆਂ ਤੋਂ ਸੁਣਦਾ ਆਉਂਦਾ ਸਾਡੀਆਂ ਬੀਬੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਇਹ ਸ਼ਬਦ ਗਾਇਆ ਕਰਦੀਆਂ ਸੀ ਗੁਰਦੁਆਰਾ ਸਾਹਿਬ ਦੇ ਵਿੱਚ। ਤਾਂ ਬਾਈ ਕਵਰ ਗਰੇਵਾਲ ਨੇ ਹੁਣ ਗਾਤਾ, ਉਹ ਏਦਾਂ ਲੱਗਦਾ ਵੀ ਸ਼ਾਇਦ ਕੋਈ ਇਹਦੇ ਘਰ ਦੀ ਜੰਗੀਰ ਆ ਵੀ ਇਹਨੇ ਗਾਤੀ, ਨਹੀਂ ਏਦਾਂ ਦਾ ਕੋਈ ਨਹੀਂ, ਇਹ ਗੁਰਬਾਣੀ ਆ, ਜੋ ਮਰਜ਼ੀ ਗਾ ਸਕਦਾ ਯਾਰ, ਇਹਦੇ 'ਤੇ ਕੋਈ ਪਾਬੰਦੀ ਥੋੜ੍ਹੀ ਹੈ, ਹੈ ਨਾ। ਉਹ ਸੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ, ਹਾਂ ਇੱਕ ਮਸਤਾਨਾ ਜੋਗੀ, ਇੱਕ ਮਸਤਾਨਾ ਜੋਗੀ, ਇੱਕ ਮਸਤਾਨਾ ਜੋਗੀ, ਇੱਕ ਮਸਤਾਨਾ ਜੋਗੀ, ਬਾਬਰ ਦੇ ਜੇਲ ਖਾਨੇ ਪੀਸਣ ਨੂੰ ਮਿਲਦੇ ਦਾਣੇ, ਬਾਬਰ ਦੇ ਜੇਲ ਖਾਨੇ ਪੀਸਣ ਨੂੰ ਮਿਲਦੇ ਦਾਣੇ, ਚੱਕੀ ਤਾਂ ਚੱਕੀ ਤਾਂ ਚੱਕੀ ਤਾਂ ਚੱਕੀ ਤਾਂ ਚੱਕੀ ਤਾਂ ਬੋਲੇ ਸਤ ਕਰਤਾਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ। ਤਾਂ ਮਤਲਬ ਇਹ ਗਾਣਾ ਤੁਸੀਂ ਕਿਹਾ ਕਿ ਪਹਿਲਾਂ ਵੀ ਗਾਇਆ ਜਾਂਦਾ ਤਾਂ ਹੁਣ ਕਨਵਰ ਗਰੇਵਾਲ ਨੇ ਗਾਇਆ, ਤਾਂ ਉਹਦੇ ਕਰਕੇ ਲੋਕੀ ਇਹਨੂੰ ਕਹਿ ਦੇ ਕਿ ਸ਼ਾਇਦ ਇਹ ਕਨਵਰ ਗਰੇਵਾਲ ਦਾ ਲਿਖਿਆ ਹੋਇਆ। ਹਾਂ, ਮੈਂ ਨਾ ਥੋੜ੍ਹਾ ਜਿਹਾ ਹੋਰ ਮੈਨੂੰ ਘਬਰਾਹਟ ਹੁੰਦੀ ਆ ਵੀ ਬਾਈ ਨੇ ਜੋ ਵੀ ਗਾਇਆ ਹਨਾ ਕਿਸੇ ਗੀਤਕਾਰ ਦਾ ਵਿੱਚ ਨਾਂ ਲਿਆ ਹੀ ਨਹੀਂ, ਹਨਾ। ਵੇਖੋ ਕਿੱਡਾ ਵੱਡਾ ਮੁੱਦਾ ਵੀ ਹਰ ਇੱਕ ਦੀ ਕਲਮ ਨੂੰ ਆਪਣਾ ਹੀ ਬਣਾਉਣਾ ਚਾਹੁੰਦੇ ਵੀ ਬਸ ਮੈਂ ਹੀ ਹਾਂ, ਹਨਾ। ਤੇ ਉਹ ਦੂਸਰੇ ਪਾਸੇ ਕਹਿੰਦਾ ਵੀ ਮੈਂ ਛੱਡ ਦੇ, ਹਨਾ। ਤੇ ਪਰ ਮੈਨੂੰ ਲੱਗਦਾ ਵੀ ਉਹਦੇ ਹਰ ਇੱਕ ਗੱਲ ਦੇ ਵਿੱਚ ਮੈਂ ਬੋਲਦੀ ਹੈ, ਹਰ ਇੱਕ ਗੱਲ ਦੇ ਵਿੱਚ ਮੈਂ ਬਥੇਰਾ ਨੇੜੇ ਹੋ ਕੇ ਉਹਨਾਂ ਨੂੰ ਸੁਣਿਆ ਕਿਉਂਕਿ ਮੇਰਾ ਨਾਂ ਜਿਹਾ ਜੁੜ ਗਿਆ। ਤੇ ਬਾਕੀ ਪਹਿਲਾਂ ਪਹਿਲਾਂ ਮੈਨੂੰ ਬੜੀ ਖੁਸ਼ੀ ਸੀ, ਖੁਸ਼ੀ ਇਸ ਗੱਲ ਦੀ ਸੀਗੀ ਕਿ ਮੈਂ ਜਦ ਕਿਸੇ ਪਿੰਡ ਗਿਆ ਨਾ ਪ੍ਰੋਗਰਾਮ ਲਾਉਣ ਗਿਆ, ਤਾਂ ਉੱਥੇ ਜਦ ਮੈਂ ਪ੍ਰੋਗਰਾਮ ਤੇ ਪਹੁੰਚਿਆ ਆਡੀਅੰਸ ਨੇ ਦੇਖ ਕੇ ਤਾੜੀ ਮਾਰਨੀ ਸ਼ੁਰੂ ਕਰਤੀ। ਹੁਣ ਜੋ ਪ੍ਰਬੰਧਕ ਸੀਗੇ ਨਾ ਮੇਲਾ ਕਮੇਟੀ ਦੇ, ਉਹ ਕਹਿੰਦੇ ਯਾਰ ਕਵਰ ਗਰੇਵਾਲ ਕਿੱਥੋਂ ਆ ਗਿਆ, ਅਸੀਂ ਤਾਂ ਸੱਦਿਆ ਨਹੀਂ ਇਹਨੂੰ, ਇਹ ਆਪੇ ਆ ਗਿਆ ਯਾਰ। ਤੇ ਮੈਂ ਵੀ ਹੈਰਾਨ, ਸਾਰੇ ਸੈਲਫੀਆਂ ਲੈਣ ਲੱਗ ਗਏ, ਹਨਾ, ਤੇ ਕੋਈ ਜੱਫੀਆਂ ਪਾਉਣ ਲੱਗ ਗਿਆ। ਤੇ ਉਹ ਗਨਮੈਨ ਆਏ ਭੱਜ ਕੇ, ਉਹਨਾਂ ਨੇ ਮੈਨੂੰ ਬੁੱਕਲ ਚ ਲੈ ਲਿਆ ਤੇ ਫਿਰ ਸਟੇਜ ਵਾਲੇ ਪਾਸੇ ਲੈ ਕੇ ਗਏ। ਮੈਂ ਬੜਾ ਹੈਰਾਨ ਯਾਰ, ਦੱਸ ਯਾਰ ਕਿੱਡੀ ਕੁ ਵੱਡੀ ਗੱਲ ਬਣ ਗਈ, ਹਨਾ, ਐਡਾ ਕਿੱਡਾ ਕੁ ਸਟਾਰ ਬਣ ਗਿਆ ਮੈਂ। ਪਰ ਰਾਤੀ ਤਾਂ ਘਰੇ ਚੰਗਾ ਭਲਾ ਬੈਠਾ ਸੀ ਮੈਂ, ਤੇ ਹੁਣ ਆਉਂਦਿਆਂ ਨਾਲ ਹੀ ਚਲੋ ਵੇਖ ਭਾਈ ਬਾਲਿਆ ਰੰਗ ਕਰਤਾਰ ਦੇ ਇਸ ਗਾਣੇ ਤੇ ਵੀ ਮੈਂ ਬੜਾ, ਮੈਨੂੰ ਹੈਗੀ ਆ ਪ੍ਰੋਬਲਮ ਜੀ, ਵੇਖ ਭਾਈ ਬਾਲਿਆ, ਹਨਾ, ਕਮੈਂਟਾਂ ਦੇ ਵਿੱਚ ਆਉਂਦੇ ਆ ਵੇਖ ਭਾਈ ਮਰਦਾਨਿਆ, ਬਾਣੀ ਦੇ ਵਿੱਚ ਤੇ ਆ ਰੰਗ ਕਰਤਾਰ ਦੇ, ਹਨਾ। ਤਾਂ ਹੁਣ ਕੀ ਗੱਲ ਆਪਾਂ ਮਤਲਬ ਕਹਿੰਦਾ ਵੀ ਬਾਣੀ ਦੇ ਨਾਲ ਛੇੜਛਾੜ ਕਰਾਂਗੇ, ਹਨਾ, ਕਿਉਂ ਕਰਾਂਗੇ ਬਾਈ, ਆਪਾਂ ਨੂੰ ਕੀ ਅਧਿਕਾਰ ਆ, ਜੋ ਬਾਣੀ ਕਹਿ ਰਹੀ ਆ ਆਪਾਂ ਉਹੀ ਉਹੀ ਮੰਨਣਾ ਪੈਣਾ, ਹਨਾ, ਕਿਉਂਕਿ ਜੋ ਸਾਡੇ ਗੁਰੂ ਕਹਿ ਗਏ, ਜੋ ਸਾਡੇ ਬਾਬੇ ਕਹਿ ਗਏ, ਅਸੀਂ ਉਹਨਾਂ ਤੇ ਚੱਲਣਾ, ਨਾ ਕਿ ਅਸੀਂ ਆਪਣੇ ਹੁਕਮ ਦੇ ਨਾਲ ਨਹੀਂ ਚਲਾਉਣੀ ਦੁਨੀਆ, ਹਨਾ। ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੱਥੇ ਵੀ ਬਾਈ ਕਵਰ ਗਰੇਵਾਲ ਆਪਣੀ ਚਲਾ ਰਿਹਾ, ਤੇ ਆਹੀ ਗੱਲ ਆ ਬਸ, ਉਸ ਤੋਂ ਬਾਅਦ ਬੱਲੇ ਬੱਲੇ ਆ ਬਸ। ਤਾਂ ਮਸਤੀ ਜੀ ਕਹਿੰਦੇ ਤੁਸੀਂ ਕਿਹਾ ਕਿ ਉਹ ਦੇਖਾ ਰੱਖਦੇ ਨੇ ਜਾਂ ਮਤਲਬ ਤੁਸੀਂ ਪਹਿਰਾਵਾ ਸਟਾਰਟ ਕੀਤਾ, ਤਾਂ ਉਸ ਤੋਂ ਬਾਅਦ ਮੋਢੇ ਤੇ ਖੇਸੀ ਪਰਨਾ ਢੱਠਿਆ ਜਾ ਬੰਨ ਕੇ ਜਾਂ ਉਹਨਾਂ ਵਾਲਾ ਪਹਿਰਾਵਾ ਬਣਾ ਕੇ, ਲੋਕ ਇਹ ਵੀ ਕਮੈਂਟ ਕਰਦੇ ਨੇ ਵੀ ਇਹ ਸੁਖਦੇਵ ਮਸਤੀ ਝੂਠ ਮਾਰਦਾ ਕਿ ਇਹ ਖੇਸੀ ਰਾ ਕੇ ਇਹ ਕਾਪੀ ਕਰਦਾ ਉਹਨਾਂ ਦੀ। ਝੂਠ ਵਾਲੀ ਗੱਲ ਆਪਣਾ ਬਾਈ ਜੀ ਨਹੀਂ ਏਦਾਂ ਦੀ, ਜਿੱਦਾਂ ਮੈਨੂੰ ਤਾਂ ਕਹਿਣ ਹੀ ਲੱਗ ਗਿਆ ਸੀ ਬਾਬਾ ਕੰਬਲੀ ਵਾਲਾ, ਹਨਾ, ਇੱਥੇ ਸਾਡੇ ਪਿੰਡ ਵਾਲੇ ਹਜੇ ਵੀ ਕਹਿੰਦੇ ਆ ਮੈਨੂੰ, ਤਾਂ ਮੈਂ ਜਦੋਂ 17-18 ਸਾਲ ਦੀ ਉਮਰ ਦਾ ਸੀ ਨਾ ਮੈਨੂੰ ਉਦੋਂ ਹੀ ਬਾਬਾ ਕਹਿੰਦੇ ਸੀ। ਤਾਂ ਮੈਂ ਦੇਖਦਾ ਸੀਗਾ ਵੀ ਨਾ ਕੋਈ ਮੇਰੇ ਦਾੜੀ 'ਚ ਚਿੱਟਾ, ਹੁਣ ਤੱਕ ਵੀ ਹੈ ਨਹੀਂ, ਹਨਾ, ਅਤੇ ਫਿਰ ਮੈਨੂੰ ਕਿਉਂ ਬਾਬਾ ਕਹਿੰਦੇ ਆ, ਪਰ ਮੈਂ ਉਦੋਂ ਵੀ ਕਹਿੰਦਾ ਸੀ ਵਾਹ ਮੌਲਾ ਤੇਰੇ ਰੰਗ ਨੇ। ਅਤੇ ਮੈਂ ਤਾਂ ਹੀ ਫਿਰ ਮੈਂ ਸਾਦਾ ਪਹਿਨਣਾ, ਸਾਦਾ ਖਾਣਾ, ਸਾਦਾ ਰਹਿਣਾ, ਤਾਂ ਤਾਂ ਸਿਹਤ ਨਹੀਂ ਬਣੀ ਯਾਰ, ਹਨਾ, ਮਸਾਂ 40-45 ਕਿਲੋ ਦਾ ਹੀ ਆ ਬਸ। ਅਤੇ ਮੈਨੂੰ ਧਿਆਨ ਹੀ ਨਹੀਂ ਸੀ ਵੀ ਮੈਂ ਕੋਈ ਇੱਦਾਂ ਦਾ ਡੋਲੇ ਛੋਲੇ ਬਣਾਵਾਂ, ਜਿੰਮ ਜਾਵਾਂ, ਹਨਾ, ਜਾਂ ਆਸ਼ਕੀ ਉਸ਼ਕੀ ਕਰੀਏ, ਇੱਦਾਂ ਨਹੀਂ। ਮੈਨੂੰ ਆਸ਼ਕੀ ਲੱਗ ਗਈ, ਮੇਰੇ ਮੁਰਸ਼ਦ ਦੇ ਨਾਲ ਆਸ਼ਕੀ ਲੱਗ ਗਈ ਬਸ, ਸ਼ੁਰੂ ਤੋਂ ਲੱਗ ਗਈ ਬਸ।
ਤਾਂ ਇੱਥੋਂ ਤੱਕ ਮੇਰੇ ਘਰਦਿਆਂ ਨੇ ਮੇਰਾ ਜੋ ਵਿਆਹ ਕੀਤਾ ਹੈ ਨਾ ਉਹ ਵੀ ਬੜੀਆਂ ਮਿੰਨਤਾਂ ਤਰਲਿਆਂ ਦੇ ਨਾਲ ਵੀ ਯਾਰ ਤੂੰ ਘਰ ਗ੍ਰਿਸਤੀ ਬਣਾ ਲਾ ਹੈ ਨਾ ਤੇ ਮੈਂ ਕਿਹਾ ਵੀ ਕੀ ਕਰਾਂਗੇ ਕੀ ਕਰਾਂਗੇ ਨਹੀਂ ਉਹ ਕਹਿੰਦੇ ਵੀ ਇੱਕ ਜ਼ਿੰਮੇਵਾਰੀ ਆ ਮਾਂ ਪਿਓ ਦੀ ਤੇ ਲੋਕੀ ਕੀ ਕਹਿਣਗੇ ਬਸ ਇੱਥੇ ਜੇ ਪੰਗਾ ਪੈ ਜਾਂਦਾ ਵੀ ਲੋਕੀ ਕੀ ਕਹਿਣਗੇ ਸਭ ਤੋਂ ਵੱਡੀ ਪ੍ਰੋਬਲਮ ਆਪਣੀ ਜ਼ਿੰਦਗੀ ਦੇ ਵਿੱਚ ਲੋਕ ਕੀ ਕਹਿਣਗੇ ਉਹ ਕਹਿਣਦੇ ਯਾਰ ਜੋ ਕਹਿੰਦੇ ਆ ਕਹਿਣਗੇ ਕਿਉਂਕਿ ਗੁਰਬਾਣੀ ਦੇ ਵਿੱਚ ਗੁਰਚੇਜ ਜੀ ਗੱਲ ਸੁਣੋ ਗੁਰਬਾਣੀ ਦੇ ਵਿੱਚ ਉਹ ਕਹਿ ਗਏ ਨੇ ਵੀ ਜਿਉਂਦੇ ਜੀ ਮਰਨਾ ਪੈਂਦਾ ਬੰਦੇ ਨੂੰ ਫਿਰ ਉਹ ਮਿਲਦਾ ਰੱਬ ਮਿਲਦਾ ਤਾਂ ਮਰ ਕੇ ਮਿਲਦਾ ਹੁਣ ਕਈਆਂ ਦੇ ਗੱਲ ਹਿਸਾਬ 'ਚ ਨਹੀਂ ਆਈ ਵੀ ਮਰ ਕੇ ਕਿੱਦਾਂ ਮਿਲੇਗਾ ਉਹ ਸ਼ਾਇਦ ਕਹਿ ਰਹੇ ਆ ਵੀ ਆਪਣੇ ਆਪ ਨੂੰ ਤੂੰ ਹੈ ਨਾ ਮਰਿਆ ਬਰਾਬਰ ਪਰ ਉਹ ਕਹਿੰਦਾ ਵੀ ਜਿਉਂਦੇ ਜੀ ਤੂੰ ਮਰ ਜਾ ਮਰ ਕੇ ਦੇਖ ਉਹਨਾਂ ਦਾ ਇਸ਼ਾਰਾ ਕੁਛ ਹੋਰ ਹੈ ਵੀ ਤੂੰ ਦੁਨੀਆ 'ਤੇ ਰਹਿ ਕੁਛ ਇੱਦਾਂ ਕਰਕੇ ਰਹਿ ਵੀ ਜਿੱਦਾਂ ਤੂੰ ਮਰਿਆ ਹੈ ਬਸ ਕੋਈ ਆਸਾ ਨਾ ਦੇਖ ਕੋਈ ਪਾਸਾ ਨਾ ਦੇਖ ਕੋਈ ਹਾਸਾ ਨਾ ਦੇਖ ਕੋਈ ਰੋਂਦਿਆਂ ਨਾ ਦੇਖ ਬਸ ਜੇ ਦੇਖਣਾ ਹੀ ਤਾਂ ਉਹਦੇ ਰੰਗਾਂ ਨੂੰ ਦੇਖ ਵੀ ਜੋ ਕੁਝ ਹੈਗਾ ਬਸ ਸੈੱਟ ਹੈ ਮਾਲਕਾ ਬਸ ਆਹੀ ਹੈ ਤਾਂ ਮਸਤੀ ਜਿਵੇਂ ਤੁਸੀਂ ਗੱਲ ਕਰਦੇ ਹੋ ਕਨਵਰ ਗਰੇਵਾਲ ਦੀ ਕਿ ਇਹ ਇੱਕ ਬਹਿਰੂਪੀਆ ਹੈ ਤੁਹਾਨੂੰ ਕਿਵੇਂ ਲੱਗਦਾ ਕਿ ਇਹ ਬਹਿਰੂਪੀਆ ਹੈ ਉਹ ਲੱਗਣ ਵਾਲੀ ਕਿਹੜੀ ਗੱਲ ਆ ਭਾਜੀ ਸਾਰਿਆਂ ਨੂੰ ਪਤਾ ਹੀ ਹੈ ਆਹ ਦੇਖੋ ਹੁਣ ਕਿਸਾਨੀ ਮੋਰਚਾ ਜਿਹਾ ਚੱਲਿਆ ਹਨਾ ਤੁਹਾਨੂੰ ਵੀ ਪਤਾ ਹੀ ਹੈ ਤੁਸੀਂ ਪੱਤਰਕਾਰ ਹੋ ਮੀਡੀਆ ਸਭ ਜਾਣਦੀ ਹੈ ਤਾਂ ਹੁਣ ਉਹ ਪਹਿਲਾਂ ਮਸਤਾਂ ਵਾਲੇ ਪਾਸੇ ਗਏ ਹਨਾ ਮਸਤਾਂ ਵਾਲੇ ਪਾਸੇ ਜਦੋਂ ਵਾਹਵਾ ਵਾਹਵਾ ਹੋ ਗਈ ਚੰਗਾ ਗਾਇਆ ਚੰਗਾ ਪੈਸਾ ਕਮਾਇਆ ਹਨਾ ਤੇ ਬਾਅਦ ਦੇ ਵਿੱਚ ਸਿੱਖਾਂ ਵਾਲੇ ਪਾਸੇ ਹੋ ਗਏ ਸਿੱਖਾਂ ਦਾ ਰੂਪ ਉਹੀ ਬਣ ਗਏ ਹਨਾ ਮੇਰੇ ਖਿਆਲ ਨਾਲ ਹੁਣ ਇਹ ਨਾ ਵੀ ਕਿਤੇ ਉਹ ਪਿੰਡਰਾਂ ਵਾਲੇ ਦਾ ਮੁਕਾਬਲਾ ਕਰਨ ਲੱਗ ਜਾਓ ਸਾਡੇ ਸੰਤ ਜੀ ਨੇ ਹਨਾ ਲੱਗਦਾ ਥੋੜਾ ਥੋੜਾ ਇਹ ਥੋੜਾ ਜਿਹਾ ਉਹੀ ਦਾ ਪੇ ਪੈਂਤਰਾ ਜਿਹਾ ਖੇਡਦਾ ਬੰਦਾ ਤੇ ਇਹ ਹੁਣ ਕਿਸਾਨਾਂ ਵਾਲੇ ਪਾਸੇ ਹੋ ਗਏ ਜਦੋਂ ਕਿਸਾਨੀ ਸੰਘਰਸ਼ ਚੱਲਿਆ ਸੀਗਾ ਹੁਣ ਵੀ ਚੱਲ ਰਿਹਾ ਤਾਂ ਇਹ ਤਾਂ ਲੱਗਦਾ ਮੈਨੂੰ ਇਹ ਤਾਂ ਬਈ ਬਹਿਰੂਪੀ ਹੈ ਇਹ ਕਿਹੜੇ ਪਾਸੇ ਨੂੰ ਜਾ ਰਿਹਾ ਯਾਰ ਹਨਾ ਜਿਹੜਾ ਪਾਸਾ ਪੱਲੜਾ ਦੇਖਦਾ ਭਰਾ ਬਸ ਉਸੇ ਪਾਸੇ ਹੋ ਜਾਂਦਾ ਬਸ ਤਾਂ ਸੁਖਦੇਵ ਮਾਸੀ ਜੀ ਤੁਸੀਂ ਨੀ ਕਦੀ ਇਹਦੇ ਕੋਲ ਲੈ ਕੇ ਗਏ ਕਿ ਯਾਰ ਤੂੰ ਮੇਰੇ ਵਰਗੀ ਦਿੱਖ ਕੀਤੀ ਆ ਤਾਂ ਲੋਕੀ ਮੈਨੂੰ ਪੁੱਛਦੇ ਨੇ ਵੀ ਤੂੰ ਉਹਦੇ ਵਰਗਾ ਹੋ ਗਿਆ ਨਾ ਨਾ ਬਸ ਮੇਰੇ ਮਨ ਦੇ ਵਿੱਚ ਇਹ ਆ ਵੀ ਜੇ ਮੈਂ ਗਾਵਾਂ ਤਾਂ ਮੈਂ ਖੁਦ ਗਾਵਾਂ ਮੈਨੂੰ ਸਰੋਤੇ ਮੌਕਾ ਦੇਣ ਮੈਨੂੰ ਸਰੋਤੇ ਇਹੋ ਜਿਹਾ ਕੋਈ ਮੌਕਾ ਦੇਣ ਇਹੋ ਜਿਹਾ ਕੋਈ ਮੁਕਾਮ ਦੇਣ ਤਾਂ ਮੈਂ ਵੀ ਕੁਛ ਆਪਦੀ ਗਾਇਕੀ ਦਾ ਜਿਹੜਾ ਕੁਛ ਹੈ ਨਾ ਰੰਗ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਮੇਰੇ ਵੀ ਦਿਲ ਦੇ ਵਿੱਚ ਬੜੇ ਬਈ ਇੱਦਾਂ ਦੀਆਂ ਗੱਲਾਂ ਭਰੀਆਂ ਪਈਆਂ ਹੁਣ ਜਿੱਦਾਂ ਕਿਸਾਨੀ ਸੰਘਰਸ਼ ਆ ਜਾਣ ਦਾ ਮੌਕਾ ਹੀ ਨਹੀਂ ਮਿਲਿਆ ਜਾਣ ਦਾ ਮੌਕਾ ਹੀ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਕਿਉਂਕਿ ਮੈਨੂੰ ਇਹ ਸੀ ਯਾਰ ਮੈਨੂੰ ਉੱਥੇ ਕੌਣ ਸੁਣੇਗਾ ਠੀਕ ਹੈ ਨਾ ਤੇ ਲਿਖਿਆ ਸੀ ਵੀ ਲਿਖਿਆ ਗੁਰਚੇਤ ਜੀ 6-7 ਮਹੀਨੇ ਹੋ ਗਏ ਮੈਨੂੰ ਲੱਗਦਾ ਹਨਾ ਦਿੱਲੀ ਕਿਸਾਨੀ ਸੰਘਰਸ਼ ਚੱਲਦਿਆਂ ਨੂੰ ਤੇ ਹਜੇ ਕੋਈ ਗੱਲ ਮਸਲਾ ਕਿਸੇ ਮੁੱਦੇ ਤੇ ਪਹੁੰਚਿਆ ਨਹੀਂ ਬਿਲਕੁਲ ਤਾਂ ਮੈਂ ਇੱਕ ਲਾਸਟ ਵਾਰਨਿੰਗ ਜੀ ਦਿੱਤੀ ਹੈ ਸਰਕਾਰ ਨੂੰ ਵੱਜ ਵੱਜ ਕੇ ਕਹਿੰਦਾ ਕਿਉਂਕਿ ਮੈਂ ਕਿਸਾਨਾਂ ਦਾ ਨਾਲ ਹਾਂ ਕਿਸਾਨ ਦਾ ਪੁੱਤ ਹਾਂ ਪਹਿਲਾਂ ਤਾਂ ਉਹ ਏਦਾਂ ਗੀਤ ਆ ਹੋ ਆ ਕੀ ਕਰ ਲਿਆ ਆ ਕੀ ਹੋਇਆ ਆ ਕੀ ਕਰ ਲਿਆ ਆ ਕੀ ਹੋਇਆ ਤੇ ਦੇਸ਼ ਦਾ ਅੰਨ ਦਾਤਾ ਕਿਉਂ ਰੋਇਆ ਰੋਂਦੇ ਸੜਕਾਂ ਤੇ ਕਿਸਾਨ ਬੈਠੇ ਸੜਕਾਂ ਤੇ ਕਿਸਾਨ ਆ ਮਸਲੇ ਸਮਝ ਚ ਆਉਂਦੇ ਨਾ ਛੜੇ ਬੰਦੇ ਨੂੰ ਸਿਆਣੇ ਪਿੰਡ ਦਾ ਪੰਚ ਬਣਾਉਂਦੇ ਨਾ ਤੇ ਆਪਾਂ ਪ੍ਰਧਾਨ ਮੰਤਰੀ ਬਣਾਤਾ ਬਾਈ ਸਾਡੇ ਪਿੰਡਾਂ ਚ ਨਾ ਜੇ ਕੋਈ ਬੰਦਾ ਛੜਾ ਨਾ ਉਹਨੂੰ ਪਿੰਡ ਦਾ ਪੰਚ ਨੀ ਬਣਾਉਂਦੇ ਤੇ ਆਪਾਂ ਤਾਂ ਕਹਿੰਦੇ ਸੀ ਵੀ ਅੱਛੇ ਦਿਨ ਆਏਗੇ ਜਾਂ ਮੋਦੀ ਜੀ ਆਏਗੇ ਤੂੰ ਅੱਛੇ ਦਿਨ ਆਏਗੇ ਹਨਾ ਤਾਂ ਉਦੋਂ ਕਈ ਮੇਰੇ ਵਰਗੇ ਜਿਹੜੇ ਚਲਾਕ ਬੰਦੇ ਸੀ ਉਹ ਬੜੇ ਸਮਝਦਾਰ ਬੰਦੇ ਸੀ ਉਹ ਵੀ ਬੇਵਕੂਫ ਬਣੇ ਵੀ ਵਾਕਿਆ ਯਾਰ ਅੱਛੇ ਦਿਨ ਆਏਗੇ ਜੇ ਮੋਦੀ ਜੀ ਆਏਗੇ ਤੂੰ ਹੁਣ ਉਹ ਮੱਥੇ 'ਤੇ ਹੱਥ ਮਾਰ ਮਾਰ ਕੇ ਰੋਂਦੇ ਆ ਤਾਂ ਉਸ ਗੀਤ ਦੀਆਂ ਦੋ ਲੈਣਾ
ਜਿਹੜੀ ਮੇਰੀ ਵਾਰਨਿੰਗ ਆ ਸਰਕਾਰ ਨੂੰ ਨਹੀਂ ਗੱਲ ਸੁਣ ਸਮੇਂ ਦੀ ਏ ਸਰਕਾਰ ਤੇ ਟੁੱਟ ਗਏ ਮਨ ਸਬਰ ਦੇ ਸਾਰੇ ਨਹੀਂ ਗੱਲ ਸੁਣ ਸਮੇਂ ਦੀ ਏ ਸਰਕਾਰ ਆ ਟੁੱਟ ਗਏ ਬਨ ਸਬਰ ਦੇ ਸਾਰੇ ਤੇ ਹੁਣ ਤੈਨੂੰ ਦਿਨੇ ਦਿਖਾਉਣੇ ਤਾਰੇ ਨਹੀਂ ਹੁਣ ਤੈਨੂੰ ਦਿਨੇ ਦਿਖਾਉਣੇ ਤਾਰੇ ਇਹ ਗੱਲ ਤਾਰੀ ਬੈਠੇ ਆ ਹੱਕਾਂ ਲਈ ਲੜਨਾ ਕੌਮ ਲਈ ਮਰਨਾ ਨਹੀਂ ਕਰੀ ਤਿਆਰੀ ਬੈਠੇ ਆ ਹੁਣ ਸਾਡੇ ਜ਼ਿਮੀਂਦਾਰ ਭਰਾ ਇੰਨਾ ਕੁ ਅੱਕੇ ਬੈਠੇ ਆ ਨਾ ਹੁਣ ਉਹ ਕਹਿੰਦੇ ਵੀ ਭਾਵੇਂ ਲੜਾਈ ਆਰ ਦੀ ਜਾਂ ਪਾਰ ਦੀ ਹੋ ਜਾਏ ਕੋਈ ਗੱਲ ਨਹੀਂ ਕਿਉਂਕਿ ਸਾਡੇ ਜਿਹੜੀ ਸਿੱਖ ਕੌਮ ਆ ਨਾ ਇਹ ਕੁਰਬਾਨੀਆਂ ਦੀ ਕੌਮ ਆ ਜਦੋਂ ਕਿਤੇ ਵੀ ਕੁਰਬਾਨੀ ਦੀ ਲੋੜ ਪਈ ਆ ਤਾਂ ਪਹਿਲੇ ਨੰਬਰ ਤੇ ਹਾਜ਼ਰ ਖੜੇ ਆ ਤਾਂ ਇਸ ਕਰਕੇ ਸਰਕਾਰ ਨੂੰ ਮੇਰੀ ਬੇਨਤੀ ਆ ਵੀ ਤੂੰ ਸਾਨੂੰ ਜ਼ਿਆਦਾ ਨਾ ਪਰਖ ਸਾਡੇ ਹੌਸਲਿਆਂ ਨੂੰ ਹੋਰ ਨਾ ਪਰਖ ਇਹ ਨਾ ਹੋਵੇ ਕਿਤੇ ਸਾਡੇ ਹੌਸਲੇ ਟੁੱਟ ਜਾਣ ਤਾਂ ਫਿਰ ਅਸੀਂ ਸਾਂਭੇ ਨਹੀਂ ਜਾਣੇ ਬਾਬਾ ਤਾਂ ਮਸਤੀ ਜੀ ਹੋਰ ਤੁਹਾਡਾ ਕਿਹੜਾ ਕਿਹੜਾ ਗਾਣਾ ਮਾਰਕੀਟ ਦੇ ਵਿੱਚ ਤੁਸੀਂ ਲਾਂਚ ਕੀਤਾ ਉਸ ਤੋਂ ਬਾਅਦ ਮੇਰੀ ਇੱਕ ਭੇਟ ਰਿਕਾਰਡ ਹੋਈ ਸੀ ਮਈਆ ਜੀ ਤੇਰੀ ਜੋਤੀ ਨੂੰ ਸਾਡੇ ਸ਼ੌਂਕੀ ਕੰਬੋਜ ਜੀ ਵੈਸੇ ਪਿਆਰ ਨਾਲ ਅਸੀਂ ਉਹਨਾਂ ਨੂੰ ਬਾਪੂ ਜੀ ਕਹਿੰਦੇ ਅਬੋਰ ਤੋਂ ਨੇ ਤਾਂ ਉਹ ਸੁਰਮੀਤ ਪ੍ਰੋਡਕਸ਼ਨ ਉਹਨਾਂ ਦੇ ਬੈਨਰ ਦੇ ਹੇਠ ਹੋਇਆ ਸੀ ਤਾਂ ਉਹ ਭੇਟ ਮੇਰੀ ਕਾਫੀ ਪਾਪੂਲਰ ਹੋਈ ਮਈਆ ਜੀ ਤੇਰੀ ਜੋਤੀ ਨੂੰ ਓ ਮਈਆ ਜੀ ਤੇਰੀ ਜੋਤੀ ਨੂੰ ਮਾਂ ਪੂਜੇ ਕੁੱਲ ਸੰਸਾਰ ਮਈਆ ਜੀ ਤੇਰੀ ਜੋਤੀ ਨੂੰ ਜੋ ਜਨ ਤੇਰੀ ਜੋਤ ਜਗਾਵੇ ਮੂੰਹ ਮੰਗੀਆਂ ਮੁਰਾਦਾਂ ਪਾਵੇ ਮਾਂ ਭਰੇ ਤੇਰੇ ਭੰਡਾਰ ਮਈਆ ਜੀ ਤੇਰੀ ਜੋਤੀ ਨੂੰ ਪੂਜੇ ਕੁੱਲ ਸੰਸਾਰ ਮਈਆ ਜੀ ਤੇਰੀ ਜੋਤੀ ਨੂੰ ਇਹ ਸੁਰਮੀਤ ਪ੍ਰੋਡਕਸ਼ਨ ਸਾਡੇ ਬਾਪੂ ਜੀ ਸ਼ੌਂਕੀ ਕੰਬੋਜ ਜੀ ਸਹਾਰਾ ਦੇਣਾ ਚਾਹਿਆ ਲੋਕਾਂ ਨੇ ਇਹ ਨਹੀਂ ਗੱਲ ਪਰ ਕਿਸੇ ਨਾਮਵਰ ਕੰਪਨੀ ਨੇ ਜਾਂ ਤਾਂ ਮੇਰੀ ਜੇਬ ਨੇ ਸਾਥ ਨਹੀਂ ਦਿੱਤਾ ਜਾਂ ਕੁਝ ਸਾਡਾ ਏਰੀਆ ਬੈਕਵਰਡ ਏਰੀਆ ਬੋਰਡਰ ਏਰੀਆ ਇੱਥੇ ਮੇਰੀ ਕਾਫੀ ਪਹਿਚਾਣ ਹੈ ਸਾਡੇ ਇਲਾਕੇ ਦੇ ਵਿੱਚ ਜਲਾਲਾਬਾਦ ਅਬੋਹਰ ਫਾਜ਼ਿਲਕਾ ਫਿਰੋਜ਼ਪੁਰ ਜੀਰਾ ਹੈ ਨਾ ਇਹਨਾਂ ਇਲਾਕਿਆਂ 'ਚ ਮੇਰੀ ਕਾਫੀ ਪਹਿਚਾਣ ਹੈ ਬਾਕੀ ਅੱਗੇ ਤੱਕ ਨਹੀਂ ਮੈਂ ਗਿਆ ਸ਼ਾਇਦ ਕਿਤੇ ਉਦੋਂ ਕਿਤੇ ਸੋਸ਼ਲ ਮੀਡੀਆ ਆ ਜਾਂਦਾ ਅਤੇ ਬਾਈ ਕਵਰ ਗਰੇ ਵਾਲੇ ਨਾਲੋਂ ਪਹਿਲਾਂ ਮੈਂ ਫੇਮਸ ਹੋ ਜਾਂਦਾ ਕੋਈ ਪਤਾ ਨਹੀਂ ਦੇਖ ਭਾਈ ਬਾਲਿਆ ਰੰਗ ਕਰਤਾਰ ਜਿਹੜੇ ਨੇ ਬਹੁਤ ਵਧੀਆ ਆਵਾਜ਼ ਤੁਸੀਂ ਇਹਨਾਂ ਦੀ ਸੁਣੀ ਆ ਤਾਂ ਗਰੀਬੀ ਕਰਕੇ ਇਹਨਾਂ ਦੇ ਜਿਹੜੇ ਅਰਮਾਨ ਸੀ ਉਹ ਦੱਬੇ ਗਏ ਤਾਂ ਮਸਤੀ ਜੀ ਤੁਹਾਡਾ ਇੱਕ ਅਖੀਰ ਜਿਹੜਾ ਗਾਣਾ ਅਸੀਂ ਸੁਣਾਂਗੇ ਉਸ ਤੋਂ ਬਾਅਦ ਤੁਹਾਡੇ ਤੋਂ ਅਸੀਂ ਇਜਾਜ਼ਤ ਲਵਾਂਗੇ ਉਹ ਅਖੀਰੀ ਬੋਲ ਜਿਹੜੇ ਤੁਹਾਡੇ ਸੁਣ ਕੇ ਉਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਤਾਂ ਉਹਦੀਆਂ ਦੋ ਲਾਈਨਾਂ ਜ਼ਰੂਰ ਜੀ ਮੈਂ ਸਮਝ ਗਿਆ ਗੁਰਤੇਜ ਜੀ ਤੁਹਾਡੀ ਗੱਲ ਤੁਸੀਂ ਕਿਹੜਾ ਗਾਣਾ ਕਹਿ ਰਹੇ ਹੋ ਟੈਨਸ਼ਨ ਨਹੀਂ ਲੈਣੀ ਹੈ ਨਾ ਉਹਦੇ ਸਾਰੇ ਦੀਵਾਨੇ ਨਹੀਂ ਯਾਰ ਜਿੱਥੇ ਵੀ ਗਿਆ ਮੈਂ ਬੜੀ ਫਰਮਾਇਸ਼ ਆਉਂਦੀ ਹੈ ਵੀ ਸਾਰੀ ਸਟੇਜ ਗਾ ਕੇ ਵੀ ਲਾਸਟ 'ਤੇ ਫਿਰ ਵੀ ਕੱਪੜੇ ਖਿੱਚਦੇ ਆ ਵੀ ਉਹ ਇੱਕ ਗਾਣਾ ਫਿਰ ਹੋ ਜਾਏ ਟੈਨਸ਼ਨ ਨਹੀਂ ਆ ਜਾਓ ਤੁਹਾਨੂੰ ਸੁਣਾਉਂਦੇ ਦੋਨਾਂ ਆ ਜੇ ਗੁੱਡੀ ਉਹਨੇ ਚਾੜਨੀ ਤੇ ਚਾੜ ਹੀ ਦੇਣੀ ਹੋ ਸੱਜਣਾ ਟੈਨਸ਼ਨ ਨਹੀਂ ਲੈਣੀ ਜਦ ਫੜਿਆ ਉਹਦਾ ਪੱਲਾ ਤੇ ਫਿਰ ਦਿਲ ਵਿੱਚ ਰੱਖ ਤਸੱਲਾ ਬਹਿ ਜਾ ਦਰ ਤੇ ਮਾਰ ਪੱਥਲਾ ਤੇ ਫਿਰ ਆਪੇ ਜਾਣੇ ਅੱਲਾ ਫਿਰ ਆਪੇ ਜਾਣੇ ਅੱਲਾ ਇਹ ਗੱਲ ਮੰਨਣੀ ਹੀ ਪੈਣੀ ਹੋ ਸੱਜਣਾ ਟੈਨਸ਼ਨ ਨਹੀਂ ਲੈਣੀ ਸੋ ਟੈਨਸ਼ਨ ਨਹੀਂ ਲੈਣੀ ਕਿਉਂਕਿ ਉਹਦੇ ਘਰ 'ਚ ਦੇਰ ਹੈ ਹਾਂ ਦੇਰ ਨਹੀਂ ਦਿੰਦਾ ਦੇ ਲੈਂਦਾ ਥੱਕ ਪਾਈ
ਜੁਗਾ ਜੁਗਾਂਤਰ ਖਾਹੀ ਖਾਏ ਸਾਡਾ ਬਾਬਾ ਕਹਿ ਗਿਆ। ਤਾਂ ਬਿਲਕੁਲ ਹੀ ਆਸ ਕਰਦੇ ਹਾਂ ਕਿ ਸੁਖਦੇਵ ਮਸਤੀ ਦੀ ਜਿਹੜੀ ਐਕਸਕਲੂਸਿਵ ਇੰਟਰਵਿਊ ਉਹ ਤੁਹਾਨੂੰ ਵਧੀਆ ਲੱਗੀ ਹੋਊਗੀ, ਉਹਨਾਂ ਦੀਆਂ ਗੱਲਾਂ ਬਾਤਾਂ ਵਧੀਆ ਲੱਗੀਆਂ ਹੋਣਗੀਆਂ। ਅਤੇ ਪਰ ਜਿਹੜੀ ਇਹਨਾਂ ਦੀ ਗਾਇਕੀ ਆ ਉਹ ਫਿਰ ਜਿਹੜੀ ਆ ਗਰੀਬੀ ਕਰਕੇ ਦੱਬੀ ਗਈ, ਕਿਉਂਕਿ ਇਹਨਾਂ ਦੇ ਅੰਦਰ ਵੀ ਹੁਨਰ ਹੈਗਾ। ਤਾਂ ਜਿਹੜੇ ਇਹਨਾਂ ਦੇ ਐਲੀਗੇਸ਼ਨ ਸੀ ਕਿ ਜਿਹੜਾ ਕਨਵਰ ਗਰੇਵਾਲ ਇਹਦੀ ਇਹ ਕਾਪੀ ਕਰਦੇ ਨੇ, ਤਾਂ ਪਰ ਉਹ ਇਹਨਾਂ ਨੇ ਅੱਜ ਸਪਸ਼ਟ ਕੀਤਾ ਕਿ ਉਹ ਕਨਵਰ ਗਰੇਵਾਲ ਤੋਂ ਪਹਿਲਾਂ ਗਾਉਂਦੇ ਨੇ। ਤਾਂ ਕਨਵਰ ਗਰੇਵਾਲ ਨੇ ਉਸ ਟਾਈਮ ਗਾਉਣਾ ਵੀ ਸਟਾਰਟ ਨਹੀਂ ਸੀ ਕੀਤਾ ਜਦੋਂ ਇਹ ਉਹਨਾਂ ਦੇ ਪਿੰਡ ਮੇਲੇ 'ਤੇ ਜਾਗਰਣ ਲਾਉਂਦੇ ਰਹੇ ਸੀ। ਤਾਂ ਹੁਣ ਮੈਨੂੰ ਦਿਓ ਆਜ਼ਾਦ, ਕੈਮਰਾਮੈਨ ਹਰਜੀਤ ਦੇ ਨਾਲ ਗੁਰਜੀਤ ਸਿੰਘ ਔਲਖ, ਰੈੱਡ ਬਾਕਸ ਨਿਊਜ਼।